are watching Channel Y. Channel Y. A South Asian Canadian channel. ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦਿੱਲੀ ਵਿਖੇ ਅਮਰੀਕੀ ਅੰਬੈਸੀ ਵੱਲੋਂ ਕੀਤੀ ਗਈ ਚੈਕਿੰਗ ਤੇ ਵੱਡੇ ਸਵਾਲ ਖੜੇ ਕੀਤੇ ਨੇ। ਉਹਨਾਂ ਕਿਹਾ ਕਿ ਉਹਨਾਂ ਨੂੰ ਵੀਜ਼ਾ ਲਗਵਾਉਣ ਲਈ ਸਿੱਖਾਂ ਨੂੰ ਅੰਬੈਸੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾਨ ਨੂੰ ਉਤਾਰਨ ਦੀ ਗੱਲ ਕਹੀ ਗਈ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਰਪਾਨ ਦੀ ਤੁਲਨਾ ਚਾਕੂ ਅਤੇ ਮਾਰੂ ਹਥਿਆਰ ਨਾਲ ਕੀਤੀ ਹੈ ਜੋ ਕਿ ਸਰਾਸਰ ਗਲਤ ਹੈ। ਉਹਨਾਂ ਕਿਹਾ ਕਿ ਇਸ ਦੇ ਲਈ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਵਿਦੇਸ਼ ਮੰਤਰੀ ਨੂੰ ਮਿਲਣ ਤੋਂ ਬਾਅਦ ਇਸ ਮਾਮਲੇ ਵਿੱਚ ਦਖਲ ਦੇਣਗੇ। NRI ਪੰਜਾਬੀ ਜਿਹੜੇ ਅਮਰੀਕਾ 'ਚ ਵਸਦੇ, ਮੈਂ ਸ਼ੁਕਰੀਆ ਅਦਾ ਕਰਦਾ ਵਿਸ਼ੇਸ਼ ਕਰਕੇ ਛੋਟੇ ਵੀਰ ਔਲਖ ਦਾ ਔਰ ਬਿਕਰਮਜੀਤ ਹੋਰਾਂ ਦਾ। ਉਹਨਾਂ ਨੇ ਰਾਹਦਾਰੀ ਸਪੋਂਸਰਸ਼ਿਪ ਭੇਜੀ ਮੈਨੂੰ ਸਰਦਾਰ ਜਸਵਿੰਦਰ ਸਿੰਘ ਖਾਲਸਾ ਜੀ ਹੋਰਾਂ ਨੂੰ ਕਿ ਅਮੈਰੀਕਨ ਪੰਜਾਬੀ ਤੁਹਾਨੂੰ ਬੜਾ ਯਾਦ ਕਰਦੇ ਆ, ਮਿਲ ਕੇ ਜਾਓ। ਮੈਂ ਉਹਨਾਂ ਦਾ ਪਹਿਲਾਂ ਸ਼ੁਕਰੀਆ ਅਦਾ ਕਰਦਾ। ਹੈਰਾਨੀ ਹੋਈ ਇੰਡੀਆ ਦੇ ਅੰਦਰ ਅਮੈਰੀਕਨ ਅੰਬੈਸੀ ਜਦੋਂ ਸਿਕਿਉਰਿਟੀ ਚੈੱਕ ਹੋਇਆ, ਖਾਲਸਾ ਜੀ ਅੰਮ੍ਰਿਤਧਾਰੀ ਆ, ਮੈਂ ਤਾਂ ਅੰਮ੍ਰਿਤ ਹਜੇ ਛਕਿਆ ਨਹੀਂ ਗਾ। ਇਹਨਾਂ ਨੂੰ ਕਹਿੰਦੇ ਵੀ ਤੁਸੀਂ ਆਪਣੀ ਕਿਰਪਾਨ ਜਿਹੜੀ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸਾ ਤਿਆਰ ਕਰਕੇ ਗਿਆ 125,000 ਦੇ ਨਾਲ ਨਿਆਰਾ ਖਾਲਸਾ, ਜਬਰ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਸਾਨੂੰ 5 ਕਕਾਰ ਦੇ ਗਏ। ਅਸੀਂ ਸੰਸਾਰ ਪੱਧਰ 'ਤੇ ਟਰਬਨ ਦੀ ਕਕਾਰਾਂ ਦੀ ਜੰਗ ਲੜਦੇ ਹਾਂ ਅਤੇ ਦੇਸ਼ ਦੇ ਵਿੱਚ ਅਮਰੀਕਾ ਦਾ ਵੀਜ਼ਾ ਲੈਣ ਲਈ ਅਸੀਂ ਆਪਣੀ ਕਕਾਰਾਂ ਦੇ ਵਿੱਚੋਂ ਸ੍ਰੀ ਸਾਹਿਬ ਬਾਹਰ ਉਤਾਰ ਕੇ ਚਲੇ ਜੀ, ਇਹ ਪ੍ਰਵਾਨ ਨਹੀਂ। ਮੈਂ ਖਾਲਸਾ ਜੀ ਉੱਥੋਂ ਆਪਣਾ ਸਮਾਨ ਚੱਕਿਆ ਵਾਪਸ ਆ ਗਏ, ਮੈਂ ਅੰਦਰ ਗਿਆ ਅੰਬੈਸੀ ਦੇ ਅੰਦਰ ਜਾ ਕੇ, ਉਹ ਮੈਨੂੰ ਸਵਾਲ ਕਰਨ ਲੱਗੇ ਜਿਹੜੇ ਵੀਜ਼ਾ ਆਫੀਸਰ ਹੈ। ਮੈਂ ਕਿਹਾ ਵੀ ਮੈਂ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ, ਪਹਿਲਾਂ ਮੇਰੇ ਸਵਾਲ ਦਾ ਜਵਾਬ ਦਿਓ। ਮੈਂ ਪੰਜਾਬ ਵਿਧਾਨ ਸਭਾ ਦਾ ਕਾਨੂੰਨ ਬਣਾਉਣ ਵਾਲੀ ਸਭਾ, ਮੈਂ ਦੂਜੀ ਵਾਰੀ MLA ਚੁਣ ਕੇ ਗਿਆ, ਮੈਨੂੰ ਮੇਰੇ ਅਧਿਕਾਰਾਂ ਦਾ ਅਤੇ ਕਾਨੂੰਨ ਦੀ ਜਾਣਕਾਰੀ ਹੈਗੀ ਆ। ਤੁਸੀਂ ਮੇਰੇ ਸਾਥੀ ਸਰਦਾਰ ਜਸਵਿੰਦਰ ਸਿੰਘ ਖਾਲਸਾ ਜਿਹੜੇ ਅੰਮ੍ਰਿਤਧਾਰੀ ਆ, ਕਕਾਰ ਕਿਵੇਂ ਉਤਾਰਤਾ? ਤੁਸੀਂ ਕਹਿੰਦੇ ਹੋ ਕਿਰਪਾਨ ਲਾ ਕੇ ਆਓ ਬਾਹਰ, ਇਹ ਨਾਈਫ ਨਹੀਂ, ਇਹ ਚਾਕੂ ਨਹੀਂ, ਇਹ ਸਾਡਾ ਧਾਰਮਿਕ ਚਿੰਨ, ਸਾਡਾ ਗੁਰੂ ਗੋਬਿੰਦ ਸਿੰਘ ਦੇ ਕੇ ਗਿਆ, ਮੈਨੂੰ ਤੁਹਾਡੇ ਵਿਦੇ ਦੀ ਜ਼ਰੂਰਤ ਨਹੀਂ, ਪਹਿਲਾਂ ਮੈਨੂੰ ਮੇਰੇ ਸਵਾਲ ਦਾ ਜਵਾਬ। ਮੈਨੂੰ ਕਹਿਣ ਲੱਗੇ ਜੀ ਇਹ ਸਾਡੇ ਨਿਯਮ ਆ। ਮੈਂ ਕਿਹਾ ਇਹ ਨਿਯਮ ਪੂਰੇ ਸੰਸਾਰ ਦੇ ਅੰਦਰ, ਅਸੀਂ ਟਰੈਵਲ ਕਰਦੇ ਹਾਂ ਕਿਸੇ ਵੀ ਏਅਰਲਾਈਨ ਦੇ ਵਿੱਚ, ਕਦੇ ਨਹੀਂ ਉੱਥੇ ਸ੍ਰੀ ਸਾਹਿਬ ਜਿਹੜੀ ਦਸਤੀ ਪਾਈ ਛੋਟੀ ਸ੍ਰੀ ਸਾਹਿਬ, ਕਦੇ ਕਿਸੇ ਨੇ ਨਹੀਂ ਕਿਹਾ ਵੀ ਉਹ ਉਤਾਰ ਦਿਓ। ਕਿਸੇ ਦੇਸ਼ ਦੀ ਅੰਬੈਸੀ ਦੇ ਵਿੱਚ ਚਲੇ ਜੋ, ਕਦੇ ਐਸਾ ਘਨੌਣਾ ਵਤੀਰਾ ਕਦੇ ਨਹੀਂ ਹੋਇਆ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸਾਡੇ ਦੇਸ਼ ਦੇ ਵਿਦੇਸ਼ ਮੰਤਰੀ ਕੋਲੇ ਜ਼ਰੂਰ ਜਾਊਂਗਾ, ਜ਼ਰੀਆ ਸਪੀਕਰ ਪੰਜਾਬ ਵਿਧਾਨ ਸਭਾ, ਮੈਨੂੰ ਤੁਹਾਡੇ ਵੀਜ਼ੇ ਦੀ ਜ਼ਰੂਰਤ ਨਹੀਂ, ਮੈਂ ਇੱਕ ਨਹੀਂ ਮੈਂ ਸੈਂਕੜੇ ਵੀਜ਼ੇ ਆਪਣੇ ਧਰਮ ਤੋਂ ਦੀ ਕੁਰਬਾਨ ਕਰ ਸਕਦਾ। ਅਮਰੀਕਾ ਦਾ ਵੀਜ਼ਾ ਕੀ ਚੀਜ਼ ਹੈਗੀ ਹੈ? ਪੰਜਾਬ ਦਾ, ਪੰਜਾਬੀਆਂ ਦਾ, ਸਿੱਖਾਂ ਦਾ ਜਿਹੜਾ ਅਪਮਾਨ ਕਿਤੇ ਹੋਵੇ ਉਹ ਸਹਿਣ ਨਹੀਂ, ਮੈਨੂੰ ਅਮਰੀਕਾ ਦੇ ਵੀਜ਼ੇ ਦੀ ਲੋੜ ਨਹੀਂ। ਪਰ ਮੈਂ ਜਿਹੜੀ ਕਕਾਰਾਂ ਦੇ ਅਪਮਾਨ ਕਰਨ ਵਾਲੀ ਗੱਲ ਹੈ, ਦੇਸ਼ ਦੇ ਅੰਦਰ ਜਿਹੜੀ ਅਮਰੀਕਨ ਅੰਬੈਸੀ ਹੈਗੀ ਆ, ਅਤੇ ਮੈਂ ਇਹ ਲੜਾਈ ਅਸੀਂ ਜ਼ਰੂਰ ਲੜਾਂਗੇ, ਵਜ਼ੀਰੀਆ ਪੰਜਾਬ ਵਿਧਾਨ ਸਭਾ ਲੜਾਂਗੇ, ਆਪ ਵਿਦੇਸ਼ ਮੰਤਰਾਲਾ ਸਾਨੂੰ ਸਾਡੇ ਧਰਮ ਨਾਲੋਂ ਤੋੜਦਾ ਹੋਵੇ। ਸੋ ਦੋਸਤੋ, ਇਸ ਗੱਲ ਨੂੰ ਸਾਰੇ ਸੰਸਾਰ ਪੱਧਰ ਦੇ ਉੱਤੇ ਅੱਜ ਵਿਚਾਰਨ ਦੀ ਜ਼ਰੂਰਤ ਹੈਗੀ ਆ। You are watching Channel Y, Channel Y, a South Asian Canadian channel.